ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਿਚਾਰ ਸਿਮਰਨ ਲੇਖ 120 ਤਜੋ ਸਿਆਣ ਸੁਰਜਨੋ ਸਿਮਰੋ ਹਰ ਹਰ ਰਾਇ ਭਾਗ 11 ਸਿਮਰਨ ਦੀ ਕਿਰਿਆ ਦੇ ਸੰਖੇਪ ਤੌਰ ਤੇ ਦੋ ਪੱਖ ਹਨ ਹਾਂਜੀ ਸਿੰਪਲ ਤੌਰ ਤੇ ਦੋ ਪੱਖ ਹਨ ਪਹਿਲਾ ਪੱਖ ਹੈ ਬਾਰਮੁਖੀ ਜੋ ਕਿ ਸਰੀਰਕ ਤੇ ਮਾਨਸਿਕ ਕਿਰਿਆ ਤੇ ਦੂਸਰਾ ਪੱਖ ਹੈ ਅੰਤਰਮੁਖੀ ਆਤਮਕ ਨਿੱਜੀ ਤਜਰਬਾ ਅਥਵਾ ਅਨੁਭਵੀ ਪ੍ਰਕਾਸ਼ ਸਰੀਰਕ ਤੇ ਮਾਨਸਿਕ ਸਿਮਰਨ ਦੀ ਕਿਰਿਆ ਦੀ ਬਾਬਤ ਵਿਸਥਾਰ ਨਾਲ ਵਿਚਾਰ ਕੀਤੀ ਜਾ ਚੁੱਕੀ ਹੈ ਪਿਛਲੇ ਲੇਖਾਂ ਵਿੱਚ ਕੁਝ ਹੋਰ ਉਦਾਹਰਣਾਂ ਨਾਲ ਇਹਨਾਂ ਦੋਹਾਂ ਪੱਖਾਂ ਦੇ ਸੁਮੇਲ ਦੀ ਬਾਬਤ ਵਿਚਾਰ ਕੀਤੀ ਜਾਂਦੀ ਹੈ ਧਰਤੀ ਦੇ ਹੇਠਾਂ ਪਾਣੀ ਹੁੰਦਾ ਹੈ ਇਸ ਹੇਠਲੇ ਨਿਰਮਲ ਪਾਣੀ ਨੂੰ ਅਸੀਂ ਬਾਹਰ ਕੱਢਣ ਲਈ ਆਪਣੀਆਂ ਲੋੜਾਂ ਪੂਰੀਆਂ ਕਰਦੇ ਹਾਂ ਕੱਢ ਕੇ ਪਾਣੀ ਨੂੰ ਬਾਹਰ ਕੱਢ ਕੇ ਆਪਣੀਆਂ ਲੋੜਾਂ ਪੂਰੀਆਂ ਕਰਦੇ ਹਾਂ ਹੇਠਲੇ ਪਾਣੀ ਨੂੰ ਬਾਹਰ ਕੱਢਣ ਲਈ ਸਾਨੂੰ ਧਰਤੀ ਵਿੱਚੋਂ ਬੋਰਿੰਗ ਕਰਨੀ ਪੈਂਦੀ ਹੈ ਜਦ ਹੇਠਲੇ ਪਾਣੀ ਦੀ ਤਹਿ ਆ ਜਾਂਦੀ ਹੈ ਤਾਂ ਕੀਤੇ ਬੋਰ ਵਿੱਚ ਨਲਕੇ ਦੀ ਪਾਈਪ ਪਾਉਣ ਨਾਲ ਹੇਠਲਾ ਪਾਣੀ ਉੱਪਰ ਚੜਾਉਂਦਾ ਹੈ ਪਰ ਪਾਣੀ ਨੂੰ ਬਾਹਰ ਕੱਢਣ ਲਈ ਅਤੇ ਚਲਦਾ ਕਰਨ ਲਈ ਸਾਨੂੰ ਬੋਕੀ ਪਾ ਕੇ ਨਲਕਾ ਗੇੜਨਾ ਪੈਂਦਾ ਹੈ ਨਵਾਂ ਬੋਰ ਕਰਨ ਤੇ ਸ਼ੁਰੂ ਵਿੱਚ ਨਲਕਾ ਗੇੜਨ ਤੇ ਵੀ ਪਾਣੀ ਬਾਹਰ ਨਹੀਂ ਨਿਕਲਦਾ ਕਿਉਂਕਿ ਨਲਕੇ ਦੀ ਪਾਈਪ ਵਿੱਚ ਹਵਾ ਭਰੀ ਹੁੰਦੀ ਹੈ ਜਿੰਨਾ ਚਿਰ ਨਲਕੇ ਵਿੱਚੋਂ ਹਵਾ ਬਾਹਰ ਨਹੀਂ ਨਿਕਲਦੀ ਹੇਠਲਾ ਪਾਣੀ ਉੱਪਰ ਨੂੰ ਨਹੀਂ ਖਿੱਚਿਆ ਜਾ ਸਕਦਾ ਨਲਕੇ ਵਿਚਲੀ ਹਵਾ ਨੂੰ ਕੱਢ ਕੇ ਪਾਣੀ ਚਲਦਾ ਕਰਨ ਲਈ ਸਾਨੂੰ ਬਾਹਰੋਂ ਪਾਣੀ ਪਾਉਣਾ ਪੈਂਦਾ ਹੈ ਐਂਡ ਇਸੇ ਤਰ੍ਹਾਂ ਜਿਉਂ ਜਿਉਂ ਅਸੀਂ ਨਲਕਾ ਗੇੜਦੇ ਹਾਂ ਹਵਾ ਬਾਹਰ ਨਿਕਲਦੀ ਜਾਂਦੀ ਹੈ ਅਤੇ ਪਾਣੀ ਲਗਾਤਾਰ ਚੱਲ ਪੈਂਦਾ ਹੈ ਠੀਕ ਇਸੇ ਤਰ੍ਹਾਂ ਪਰਮਾਰਥ ਵਿੱਚ ਵੀ ਅਸੀਂ ਸਿਮਰਨ ਦੁਆਰਾ ਅੰਤਰਮੁਖੀ ਬੋਰਿੰਗ ਕਰਦੇ ਹਾਂ ਹਾਂਜੀ ਠੀਕ ਇਸੇ ਤਰ੍ਹਾਂ ਪਰਮਾਰਥ ਵਿੱਚ ਵੀ ਅਸੀਂ ਸਿਮਰਨ ਦੁਆਰਾ ਅੰਤਰਮੁਖੀ ਬੋਰਿੰਗ ਕਰਦੇ ਹਾਂ ਸਿਮਰਨ ਦੀ ਇਹ ਬਾਹਰਮੁਖੀ ਕਾਰਨਾ ਸਾਡੀ ਸੁਰਤੀ ਨੂੰ ਕਿਸੇ ਹੱਦ ਤੱਕ ਉੱਚੀ ਚੁੱਕ ਸਕਦੀ ਹੈ ਇਸ ਤੋਂ ਅੱਗੇ ਆਤਮਿਕ ਮੰਡਲ ਵਿੱਚ ਨਹੀਂ ਪਹੁੰਚਾ ਸਕਦੀ ਹਾਂਜੀ ਸਿਮਰਨ ਦੀ ਇਹ ਬਾਹਰਮੁਖੀ ਕਾਰਨਾ ਸਾਡੀ ਸੁਰਤੀ ਨੂੰ ਕਿਸੇ ਹੱਦ ਤੱਕ ਉੱਚਾ ਚੁੱਕ ਸਕਦੀ ਹੈ ਉਸ ਤੋਂ ਅੱਗੇ ਆਤਮਿਕ ਮੰਡਲ ਵਿੱਚ ਨਹੀਂ ਪਹੁੰਚਾ ਸਕਦੀ ਇਸ ਦਾ ਕਾਰਨ ਇਹ ਹੈ ਕਿ ਸਾਡੇ ਸਿਮਰਨ ਦੀ ਤਹਿ ਵਿੱਚ ਨਲਕੇ ਵਿਚਲੀ ਹਵਾ ਵਾਂਗ ਹਉਮੈ ਦੀ ਅੰਸ਼ ਹੁੰਦੀ ਹੈ ਹਾਂਜੀ ਇਸ ਦਾ ਕਾਰਨ ਇਹ ਹੈ ਕਿ ਸਾਡੇ ਸਿਮਰਨ ਦੀ ਤਹਿ ਵਿੱਚ ਨਲਕੇ ਵਿਚਲੀ ਹਵਾ ਵਾਂਗ ਹਉਮੈ ਦੀ ਅੰਸ਼ ਹੁੰਦੀ ਹੈ ਜਿਵੇਂ ਮੈਂ ਸਿਮਰਨ ਕਰਦਾ ਹਾਂ ਮੇਰਾ ਸਿਮਰਨ ਚੱਲਦਾ ਹੈ ਮੇਰੀ ਅਵਸਥਾ ਉੱਚੀ ਹੋ ਗਈ ਹੈ ਮੈਂ ਪਤਾ ਪਲੇਰਾ ਜਾਂ ਮਹਾਂਪੁਰਖ ਬਣ ਜਾਵਾਂਗਾ ਮੇਰੀ ਉਪਮਾ ਹੋਵੇਗੀ ਲੋਕ ਪੈਰੀ ਕਰਨਗੇ ਮੈਂ ਮੁਕਤੀ ਪਾ ਲਵਾਂਗਾ ਆਦਿ ਹਉਮੈ ਦੀਆਂ ਅਜਿਹੀਆਂ ਭਾਵਨਾਵਾਂ ਸਿਮਰਨ ਕਰਦਿਆਂ ਵੀ ਸਾਡਾ ਪਿੱਛਾ ਨਹੀਂ ਛੱਡ ਗਿਆ ਹਉਮੈ ਦਾ ਇਹ ਅਹਿਸਾਸ ਤੇ ਇਲਾਹੀ ਸ਼ਰਧਾ ਭਾਵਨੀ ਇੱਕ ਦੂਜੇ ਤੋਂ ਉਲਟ ਤੇ ਮੁਤਜ਼ਾਦ ਹਨ ਹਉਮੈ ਨਾਮੈ ਨਾ ਵਿਰੋਧ ਹੈ ਦੋਇ ਨਾ ਵਸੈ ਇੱਕ ਥਾਂ ਕਿਉਂਕਿ ਹਉਮੈ ਵਿੱਚ ਭਗਤ ਨਾ ਹੋਵੇ ਹੁਕਮ ਨਾ ਪੁੱਜਿਆ ਜਾਏ ਹਉਮੈ ਵਿੱਚ ਜੀਓ ਬੰਦ ਹੈ ਨਾਮ ਨਾ ਵਸੈ ਮੰਨਿਆ ਸਿਮਰਨ ਅਥਵਾ ਇਲਾਹੀ ਯਾਦ ਅਤ ਸੂਖਮ ਦੈਵੀ ਭਾਵਨਾਵਾਂ ਦੀ ਖੇਡ ਹੈ ਹਾਂਜੀ ਸਿਮਰਨ ਅਥਵਾ ਇਲਾਹੀ ਯਾਦ ਅਤ ਸੂਖਮ ਦੈਵੀ ਭਾਵਨਾਵਾਂ ਦੀ ਖੇਡ ਹੈ ਜੋ ਸਤਿਗੁਰੂ ਦੀ ਦਾਤ ਹੈ ਇਸ ਵਿੱਚ ਸਾਡੇ ਹਉਮਤਾਰੀ ਜੀਵਾਂ ਦਾ ਕੋਈ ਦਖਲ ਅਥਵਾ ਜ਼ੋਰ ਨਹੀਂ ਇਹ ਤਾਂ ਗੁਰਪ੍ਰਸਾਦ ਹੈ ਸਤਿਗੁਰੂ ਦੀ ਬਖਸ਼ਿਸ਼ ਜਾਂ ਨਦਰ ਕਰਨ ਤੋਂ ਬਿਨਾਂ ਇਹ ਆਤਮਿਕ ਦਾਤ ਪ੍ਰਾਪਤ ਨਹੀਂ ਹੋ ਸਕਦੀ ਹਾਂਜੀ ਸਤਿਗੁਰੂ ਦੀ ਬਖਸ਼ਿਸ਼ ਜਾਂ ਨਦਰ ਕਰਨ ਤੋਂ ਬਿਨਾਂ ਇਹ ਆਤਮਿਕ ਦਾਤ ਪ੍ਰਾਪਤ ਨਹੀਂ ਹੋ ਸਕਦੀ ਦਾਤਾ ਦਾਤ ਰੱਖੀ ਹੱਥ ਆਪਣਾ ਜਿਸ ਪਾਵੈ ਤਿਸ ਦੇ ਜੋਰ ਨਾ ਮੰਗਣ ਦੇਣ ਨਾ ਜੋਰ ਆਪਣਾ ਪਾਣ ਆਪਣਾ ਲਾਇਆ ਪਿਰਮ ਨ ਲੱਗਈ ਜੇ ਲੋਚੈ ਸਭ ਕੋਏ ਇਹ ਪਿਰਮ ਪਿਆਲਾ ਖਸਮ ਕਾ ਜੈ ਪਾਵੈ ਤੈ ਦੇਵਣ ਵਾਲੇ ਕੈ ਹੱਥ ਦਾਤ ਹੈ ਗੁਰੂ ਦੁਆਰੇ ਪਾਏ ਇਸ ਇਲਾਹੀ ਦਾਤ ਦੀ ਪ੍ਰਾਪਤੀ ਉਦੋਂ ਹੁੰਦੀ ਹੈ
ਜਦ ਸਾਡੇ ਮਨ ਵਿੱਚੋਂ ਹਉਮੈ ਰੂਪੀ ਹਵਾ ਦਾ ਭਰਮ ਭੁਲਾਵਾ ਦੂਰ ਹੋ ਜਾਵੇ ਜਾਂ ਮਨ ਉੱਤੋਂ ਮਾਨਸਿਕ ਮੈਲ ਲੱਥ ਜਾਵੇ ਤੇ ਇਸ ਦਾਤ ਲਈ ਭੁੱਖ ਜਾਂ ਕਾਂਖੀ ਲੱਗ ਜਾਵੇ ਹਾਂਜੀ ਇਸ ਇਲਾਹੀ ਦਾਤ ਦੀ ਪ੍ਰਾਪਤੀ ਉਦੋਂ ਹੁੰਦੀ ਹੈ ਜਦ ਸਾਡੇ ਮਨ ਵਿੱਚੋਂ ਹਉਮੈ ਰੂਪੀ ਹਵਾ ਦਾ ਭਰਮ ਭੁਲਾਵਾ ਦੂਰ ਹੋ ਜਾਵੇ ਜਾਂ ਮਨ ਉੱਤੋਂ ਮਾਨਸਿਕ ਮੈਲ ਲੱਥ ਜਾਵੇ ਤੇ ਇਸ ਦਾਤ ਲਈ ਭੁੱਖ ਜਾਂ ਕਾਂਖੀ ਲੱਗ ਜਾਵੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸਹੀ ਖਾਇ ਜੈਸੀ ਪਿਆਸ ਹੋਏ ਮਨ ਅੰਤਰ ਤੈਸੋ ਜਲ ਦੇਵੇ ਪ੍ਰਕਾਸ਼ ਜਿੰਨਾ ਚਿਰ ਮਨ ਉੱਤੋਂ ਹਉਮੈ ਦੀ ਮੈਲ ਨਹੀਂ ਲੱਥਦੀ ਅਥਵਾ ਮੈਂ ਮੇਰੀ ਦਾ ਪਰਮ ਭੁਲਾਵਾ ਦੂਰ ਨਹੀਂ ਹੁੰਦਾ ਉਨ੍ਹਾਂ ਚਿਰ ਅਸੀਂ ਇਲਾਹੀ ਬਖਸ਼ਿਸ਼ ਤੋਂ ਵਾਂਝੇ ਰਹਿੰਦੇ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰ ਕਾ ਮਿਟ ਗਿਆ ਜਦ ਦੇਖੋ ਤਤ ਤੂੰ ਇਹ ਹਉਮੈ ਰੂਪੀ ਮੈਲ ਸਾਧ ਸੰਗਤ ਵਿੱਚ ਸ਼ਰਧਾ ਭਾਵਨੀ ਨਾਲ ਸੇਵਾ ਸਿਮਰਨ ਕਰਦਿਆਂ ਹੋਇਆਂ ਗੁਰ ਕਿਰਪਾ ਦੁਆਰਾ ਲੈ ਸਕਦੀ ਹੈ ਹਾਂਜੀ ਇਹ ਹਉਮੈ ਰੂਪੀ ਮੈਲ ਸਾਧ ਸੰਗਤ ਵਿੱਚ ਸ਼ਰਧਾ ਭਾਵਨੀ ਨਾਲ ਸੇਵਾ ਸਿਮਰਨ ਕਰਦਿਆਂ ਹੋਇਆਂ ਗੁਰ ਕਿਰਪਾ ਦੁਆਰਾ ਲੈ ਸਕਦੀ ਹੈ ਸਾਧ ਸੰਗ ਮਦ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਰਕੇ ਵਿੱਚ ਬਾਹਰੋਂ ਪਾਣੀ ਪਾਉਣਾ ਸਤਿਗੁਰਾਂ ਦੀ ਦੈਵੀ ਬਖਸ਼ਿਸ਼ ਦਾ ਪ੍ਰਤੀਕ ਹੈ ਹਾਂਜੀ ਨਰਕੇ ਵਿੱਚ ਬਾਹਰੋਂ ਪਾਣੀ ਪਾਉਣਾ ਸਤਿਗੁਰਾਂ ਦੀ ਦੈਵੀ ਬਖਸ਼ਿਸ਼ ਦਾ ਪ੍ਰਤੀਕ ਹੈ ਇੱਥੇ ਵੈਕਿਊਮ ਦੀ ਇੱਕ ਹੋਰ ਢੁਕਵੀਂ ਮਿਸਾਲ ਦਿੱਤੀ ਜਾ ਸਕਦੀ ਹੈ ਸਾਡੇ ਨਲਕੇ ਵਿੱਚੋਂ ਜਦ ਪਾਣੀ ਘੱਟ ਆਵੇ ਜਾਂ ਉਕਾ ਹੀ ਨਾ ਆਵੇ ਤਾਂ ਮਿਸਤਰੀ ਦੱਸਦੇ ਹਨ ਕਿ ਇਸ ਵਿੱਚ ਹਵਾ ਲੀਕ ਹੁੰਦੀ ਹੈ ਜਦ ਨਲਕੇ ਨੂੰ ਪੁੱਟ ਕੇ ਦੇਖਿਆ ਜਾਂਦਾ ਹੈ ਤਾਂ ਨਲਕੇ ਦਾ ਕੁਝ ਹਿੱਸਾ ਜੰਗ ਨਾਲ ਗਲ ਕੇ ਉਸ ਵਿੱਚ ਛੇਕ ਦਿਖਾਈ ਦਿੰਦਾ ਹੈ ਇਸੇ ਛੇਕ ਥਾਣੀ ਹਵਾ ਲੀਕ ਹੋ ਕੇ ਬਾਹਰੋਂ ਅੰਦਰ ਵੱਲ ਧੱਸ ਜਾਂਦੀ ਹੈ ਜਿਸ ਦੀ ਵਜ੍ਹਾ ਨਾਲ ਨਲਕੇ ਵਿੱਚ ਵੈਕਿਊਮ ਘਟਦਾ ਜਾਂਦਾ ਹੈ ਜਿਉਂ ਜਿਉਂ ਇਹ ਵੈਕਿਊਮ ਘਟਦਾ ਜਾਂਦਾ ਹੈ ਤਿਉਂ ਤਿਉਂ ਅੰਦਰਲੇ ਪਾਣੀ ਦੀ ਨਿਕਾਲ ਸ਼ਕਤੀ ਹਾਂਜੀ ਐਕਸਪਲਸ਼ਨ ਪਾਵਰ ਘਟਦੀ ਜਾਂਦੀ ਹੈ ਆਖਿਰ ਵਿੱਚ ਵੈਕਿਊਮ ਉੱਕਾ ਹੀ ਨਹੀਂ ਰਹਿੰਦਾ ਜਿਸ ਨਾਲ ਪਾਣੀ ਦੇ ਲਗਾਤਾਰ ਚੜਾਓ ਸਪੋਂਟੇਨੀਅਸ ਫਲੋ ਵਿੱਚ ਵਿਗੜ ਪੈ ਜਾਂਦਾ ਐਨ ਇਸੇ ਤਰ੍ਹਾਂ ਸਿਮਰਨ ਕਰਦਿਆਂ ਹੋਇਆਂ ਜਦ ਸਾਡੇ ਮਨ ਅੰਦਰ ਹਉ ਭਾਵ ਰੂਪੀ ਬਾਹਰਲੀ ਹਵਾ ਦੀ ਅੰਸ਼ ਪ੍ਰਵੇਸ਼ ਹੋ ਜਾਂਦੀ ਹੈ ਤਾਂ ਸਾਡੇ ਅੰਤਰ ਆਤਮੇ ਸਤਿਗੁਰੂ ਦੀ ਬਖਸ਼ਿਸ਼ ਘਟਦੀ ਜਾਂਦੀ ਹੈ ਅਜਿਹੀ ਦਿਸ਼ਾ ਵਿੱਚ ਸਾਡਾ ਸਿਮਰਨ ਭਾਵਨਾਹੀਨ ਰੁੱਖਾ ਸੁੱਖਾ ਹੋ ਜਾਂਦਾ ਹੈ ਅਤੇ ਸਾਡੀ ਆਤਮਿਕ ਅਵਸਥਾ ਖੜਦੀ ਕਲਾ ਵਿੱਚ ਚਲੀ ਜਾਂਦੀ ਹੈ ਹਾਂਜੀ ਇਸੇ ਤਰ੍ਹਾਂ ਸਿਮਰਨ ਕਰਦਿਆਂ ਹੋਇਆਂ ਜਦ ਸਾਡੇ ਮਨ ਅੰਦਰ ਹਉ ਭਾਵ ਰੂਪੀ ਬਾਹਰਲੀ ਹਵਾ ਦੀ ਅੰਸ਼ ਪ੍ਰਵੇਸ਼ ਹੋ ਜਾਂਦੀ ਹੈ ਤਾਂ ਸਾਡੇ ਅੰਤਰ ਆਤਮੇ ਸਤਿਗੁਰ ਦੀ ਬਖਸ਼ਿਸ਼ ਘਟਦੀ ਜਾਂਦੀ ਹੈ ਅਜਿਹੀ ਦਿਸ਼ਾ ਵਿੱਚ ਸਾਡਾ ਸਿਮਰਨ ਭਾਵਨਾਹੀਣ ਰੁੱਖਾ ਸੁੱਖਾ ਹੋ ਜਾਂਦਾ ਹੈ ਅਤੇ ਸਾਡੀ ਆਤਮਿਕ ਅਵਸਥਾ ਖੜਦੀਆਂ ਕਲਾਂ ਵਿੱਚ ਚਲੀ ਜਾਂਦੀ ਹੈ ਜਿੱਚਰ ਇਹ ਮਨ ਲਹਿਰੀ ਵਿੱਚ ਹੈ ਹਉਮੈ ਬਹੁਤ ਅਹੰਕਾਰ ਸ਼ਬਦ ਸਾਧਨਾ ਆਵਈ ਨਾਮ ਨ ਲੱਗੈ ਪਿਆਰ ਸੇਵਾ ਥਾਏ ਨ ਪਵਈ ਤਿਸ ਕੀ ਖਪ ਖਪ ਹੋਏ ਖੁਆ ਇਸ ਦਾ ਮਤਲਬ ਹੈ ਕਿ ਸਿਮਰਨ ਕਰਦਿਆਂ ਜਗਿਆਸੂ ਦੇ ਮਨ ਅੰਦਰ ਪਹਿਲਾ ਹਉ ਦਾ ਅਭਾਵ ਹੋਣਾ ਲਾਜ਼ਮੀ ਹੈ ਹਾਂਜੀ ਹਉ ਦਾ ਅਭਾਵ ਹੋਣਾ ਜ਼ਰੂਰੀ ਹੈ ਹਉਮੈ ਨਾਮੈ ਨਾਲ ਵਿਰੋਧ ਹੈ ਦੋਇ ਨਾ ਵਸੈ ਇਕਠਾਏ ਦੂਸਰਾ ਕੋਈ ਲਾਲਚ ਅਥਵਾ ਆਸਾ ਮਨਸਾ ਨਹੀਂ ਹੋਣੀ ਚਾਹੀਦੀ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਰਾਸਾ ਤੇ ਤੀਸਰਾ ਪ੍ਰੇਮ ਭਾਵਨਾ ਨਾਲ ਸਿਮਰਨ ਕਰਨਾ ਚਾਹੀਦਾ ਹੈ ਗੁਰਮੁਖ ਜਪੀਐ ਅੰਤਰ ਪਿਆਰ ਹਉਮੈ ਦਾ ਖਿਆਲ ਪਰਮੇਸ਼ਰ ਦੀ ਭੁੱਲ ਵਿੱਚੋਂ ਉਪਜਦਾ ਹੈ ਹਾਂਜੀ ਹਉਮੈ ਦਾ ਖਿਆਲ ਪਰਮੇਸ਼ਰ ਦੀ ਭੁੱਲ ਵਿੱਚੋਂ ਉਪਜਦਾ ਹੈ ਪਰਮੇਸ਼ਰ ਦੀ ਯਾਦ ਜਾਂ ਸਿਮਰਨ ਦੁਆਰਾ ਹਉਮੈ ਵੇੜੀ ਮੈਂ ਮੇਰੀ ਦੀ ਭਾਵਨਾ ਨੂੰ ਬਦਲਣ ਦੀ ਲੋੜ ਹੈ
ਜੋ ਉਲਟੀ ਖੇਰ ਪਰਮ ਦੀ ਹੈ ਇਹ ਪ੍ਰੇਮ ਭਾਵਨਾ ਅਥਵਾ ਭਾਵ ਭਗਤ ਵੀ ਸਤਿਗੁਰੂ ਦੀ ਬਖਸ਼ਿਸ਼ ਹੈ ਨਦਰ ਕਰਮ ਹੈ ਗੁਰ ਪ੍ਰਸਾਦ ਹੈ ਜੋ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਸਹਿਜੇ ਹੀ ਪ੍ਰਦਾਨ ਹੁੰਦੀ ਰਹਿੰਦੀ ਹੈ ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ ਭਾਵ ਬਿਨ ਭਗਤ ਨਹੀਂ ਹੋਏ ਦੇ ਇਹ ਪ੍ਰੀਤ ਪ੍ਰੇਮ ਪਿਆਰ ਅਕਾਲ ਪੁਰਖ ਦਾ ਪ੍ਰਕਾਸ਼ ਰੂਪ ਹੈ ਹਾਂਜੀ ਇਹ ਪ੍ਰੀਤ ਪ੍ਰੇਮ ਪਿਆਰ ਅਕਾਲ ਪੁਰਖ ਦਾ ਪ੍ਰਕਾਸ਼ ਰੂਪ ਹੈ ਜਿਵੇਂ ਧੁੱਪ ਸੂਰਜ ਦੀ ਜਾਂ ਖੁਸ਼ਬੂ ਫੁੱਲ ਦੀ ਪ੍ਰਕਾਸ਼ ਰੂਪ ਹੈ ਹਾਂਜੀ ਇਹ ਪ੍ਰੀਤ ਪ੍ਰੇਮ ਪਿਆਰ ਅਕਾਲ ਪੁਰਖ ਦਾ ਪ੍ਰਕਾਸ਼ ਰੂਪ ਹੈ ਜਿਵੇਂ ਧੁੱਪ ਸੂਰਜ ਦੀ ਜਾਂ ਖੁਸ਼ਬੂ ਫੁੱਲ ਦੀ ਪ੍ਰਕਾਸ਼ ਰੂਪ ਹੈ ਇਸੇ ਕਰਕੇ ਪਰਮੇਸ਼ਰ ਨੂੰ ਅਤ ਪ੍ਰੀਤਮ ਪ੍ਰਿਯ ਪ੍ਰੇਮ ਪੁਰਖ ਆਦਿ ਲਫ਼ਜ਼ਾਂ ਨਾਲ ਸੰਬੋਧਨ ਕੀਤਾ ਗਿਆ ਅਤ ਪ੍ਰੀਤਮ ਮਨ ਮੋਹਨਾ ਕਟ ਸੋਹਨਾ ਪ੍ਰਾਨ ਅਧਾਰਾ ਰਾਮ ਪ੍ਰਿਯ ਪ੍ਰੀਤ ਪਿਆਰੋ ਮੋਰੋ ਇਹ ਪ੍ਰੇਮ ਭਾਵਨਾ ਨੂੰ ਸਪਸ਼ਟ ਕਰਨ ਲਈ ਕੁਝ ਉਦਾਹਰਣ ਪੇਸ਼ ਕੀਤੇ ਜਾਂਦੇ ਹਨ ਬੱਚੇ ਦੀ ਪਾਲਣਾ ਮਾਂ ਵੀ ਕਰਦੀ ਹੈ ਤੇ ਨਸ ਵੀ ਮਾਂ ਪਿਆਰ ਭਾਵਨਾ ਨਾਲ ਬੱਚੇ ਦੀ ਪਾਲਣਾ ਕਰਦੀ ਹੋਈ ਉਸ ਉੱਤੇ ਆਪਣਾ ਆਪਾ ਵਾਰਦੀ ਜਾਂਦੀ ਹੈ ਪਰ ਨਰਸ ਭਾਵਨਾ ਹੀ ਡਿਊਟੀ ਪੂਰੀ ਕਰਦੀ ਹੈ ਇਹਨਾਂ ਦੋਵਾਂ ਦੀ ਕਾਲਣਾ ਵਿੱਚ ਸੂਖਮ ਫਰਕ ਹੈ ਜਿਸ ਦਾ ਬੱਚੇ ਦੇ ਪਾਲਣ ਪੋਸਣ ਤੋਂ ਲੈ ਕੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਬੜਾ ਡੂੰਘਾ ਅਸਰ ਪੈਂਦਾ ਹੈ ਜਿਸ ਬੱਚੇ ਨੂੰ ਬਚਪਨ ਵਿੱਚ ਮਾਂ ਦਾ ਪਿਆਰ ਨਹੀਂ ਮਿਲਦਾ ਉਸਦੇ ਜੀਵਨ ਵਿੱਚ ਇਸਦੀ ਘਾਟ ਸਪਸ਼ਟ ਰੂਪ ਵਿੱਚ ਦੇਖੀ ਜਾ ਸਕਦੀ ਹੈ ਇਸੇ ਤਰ੍ਹਾਂ ਪ੍ਰੇਮ ਭਗਤੀ ਜਾਂ ਪਿਆਰ ਭਾਵਨਾ ਤੋਂ ਬਿਨਾਂ ਅਖੌਤੀ ਸਾਧਾਂ ਸੰਗਤਾਂ ਤੇ ਜੋਗੀਆਂ ਵਾਲਾ ਸਿਮਰਨ ਜਾਂ ਸਮਾਧੀ ਵੀ ਮਨਹੱਠ ਕਿਰਿਆ ਹੈ ਜਿਸ ਵਿੱਚ ਹਉ ਭਾਵ ਦੀ ਅੰਸ਼ ਹੁੰਦੀ ਹੈ ਹਾਂਜੀ ਇਸੇ ਤਰ੍ਹਾਂ ਪ੍ਰੇਮਾ ਭਗਤੀ ਜਾਂ ਪਿਆਰ ਭਾਵਨਾ ਤੋਂ ਬਿਨਾਂ ਅਖੌਤੀ ਸਾਧਾਂ ਸੰਗਤਾਂ ਤੇ ਜੋਗੀਆਂ ਵਾਲਾ ਸਿਮਰਨ ਜਾਂ ਸਮਾਧੀ ਵੀ ਮਨਹੱਠ ਕਿਰਿਆ ਹੈ ਜਿਸ ਵਿੱਚ ਹਉ ਭਾਵ ਦੀ ਅੰਸ਼ ਹੁੰਦੀ ਹੈ ਉਹਨਾਂ ਦੀ ਜੀਵਨ ਸਿਹਤ ਮਾਨਸਿਕ ਸ਼ਕਤੀਆਂ ਹਾਸਲ ਕਰਨੀਆਂ ਉਮਰ ਲੰਮੀ ਕਰਨੀ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਜਾਦੂ ਟੂਣੇ ਨਾਟਕ ਚੇਟਕ ਕਰਾਮਾਤਾਂ ਵਾਕ ਸਿੱਧੀ ਭਵਿੱਖ ਬਾਣੀ ਵਾਰ ਵਰ ਸਰਾਪ ਅੰਤਰਯਾਮਤਾ ਤਾਂਤਰਿਕ ਜਾਦੂ ਮਦਾਰੀਆਂ ਦੇ ਤਮਾਸ਼ੇ ਆਦਿ ਤੱਕ ਹੀ ਸੀਮਤ ਹੁੰਦੀ ਹੈ ਇਹਨਾਂ ਰਿੱਧੀਆਂ ਸਿੱਧੀਆਂ ਦੀ ਸ਼ਕਤੀ ਨਾਲ ਉਹਨਾਂ ਦੀ ਸੂਖਮ ਮੋਹਮੈ ਨੂੰ ਫੂਕ ਮਿਲਦੀ ਹੈ ਤੇ ਉਹ ਕਰਮ ਮਾਤਾ ਦਿਖਾਉਣ ਲੱਗ ਪੈਂਦੇ ਹਨ ਤੇ ਵਰ ਸਰਾਪ ਦੇਣ ਲੱਗ ਪੈਂਦੇ ਹਨ ਜਿਸ ਨਾਲ ਗਰਜਮੰਦ ਜਨਤਾ ਖਿੱਚੀ ਜਾਂਦੀ ਹੈ ਇਸ ਤਰ੍ਹਾਂ ਅਚੇਤ ਹੀ ਜਗਿਆਸੂਆਂ ਦੇ ਮਨ ਵਿੱਚ ਸੂਖਮ ਮਾਣ ਵਡਿਆਈ ਆ ਜਾਂਦੀ ਹੈ ਇਸ ਮਾਣ ਵਡਿਆਈ ਅਤੇ ਪ੍ਰਤਿਸ਼ਠਾ ਨਾਲ ਉਹਨਾਂ ਨੂੰ ਮਾਨਸਿਕ ਹਉਮੈ ਦਾ ਨਸ਼ਾ ਚੜ ਜਾਂਦਾ ਹੈ ਤੇ ਉਹ ਇਹਨਾਂ ਮਾਨਸਿਕ ਪ੍ਰਾਪਤੀਆਂ ਵਿੱਚ ਹੀ ਖਚਤ ਰਹਿੰਦੇ ਹਨ ਇਹੀ ਉਹਨਾਂ ਦਾ ਮਨ ਪਰਚਾਵਾ ਤੇ ਪਰਮਾਰਥ ਬਣ ਜਾਂਦਾ ਹੈ ਪਰ ਗੁਰਬਾਣੀ ਅਨੁਸਾਰ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੈ ਮਨ ਆਏ ਬਿਨ ਨਾਮੈ ਪਹਿਨਣ ਖਾਣ ਸਭ ਬਾਤ ਹੈ ਤਿਗ ਸਿੰਧੀ ਤਿਗ ਕਰਾਮਾ ਇਸ ਮਾਣ ਵਡਿਆਈ ਦੇ ਸੂਖਮ ਨਸ਼ੇ ਵਿੱਚ ਜਗਿਆਸੂ ਇਤਨਾ ਗਰਤਾਨ ਹੋ ਜਾਂਦਾ ਹੈ ਕਿ ਉਹ ਆਪਣੀ ਉਚੇਰੀ ਰੂਹਾਨੀ ਮੰਜ਼ਿਲ ਨੂੰ ਉੱਕਾ ਹੀ ਭੁੱਲ ਜਾਂਦਾ ਹੈ ਇਸ ਨਾਲ ਉਸਦੀ ਆਤਮਿਕ ਤਰੱਕੀ ਰੁਕ ਜਾਂਦੀ ਹੈ ਤੇ ਉਹ ਖੜਦੀਆਂ ਕਲਾ ਵਿੱਚ ਵਿਚਰਦਾ ਹੋਇਆ ਸਹਿਜੇ ਸਹਿਜੇ ਰਸਾਤਲ ਵੱਲ ਰੁੜਦਾ ਜਾਂਦਾ ਹੈ ਅਥਵਾ ਮਨਮੋਹਣੇ ਠਾਠ ਬਾਠ ਰਚਾ ਕੇ ਚੇਲਿਆਂ ਚਾਟਣਿਆਂ ਵਿੱਚ ਫਸ ਜਾਂਦਾ ਹੈ ਕਬੀਰ ਸਿੱਖ ਸਾਖਾ ਬਹੁਦੇ ਕੀਏ ਕੇਸੋ ਕੀਓ ਨਾ ਮੀਤ ਚਾਲੇ ਥੇ ਹਰ ਮਿਲਨ ਕੋ ਬੀਚੈ ਅਟਕਿਓ ਜੀ ਇਤਿਹਾਸ ਵਿੱਚ ਅਜਿਹੇ ਕਈ ਉਦਾਹਰਣ ਮਿਲਦੇ ਹਨ ਜਿਵੇਂ ਕਿ ਗੋਰਖਨਾਥ ਭੰਗਰਨਾਥ ਨੂਰਸ਼ਾ ਵਲੀ ਕੰਧਾਰੀਆ ਜਿਨ੍ਹਾਂ ਨੂੰ ਗੁਰੂ ਬਾਬੇ ਨੇ ਫੋਕੇ ਮਨਹੱਠ ਜੋਗ ਵਿੱਚੋਂ ਕੱਢ ਕੇ ਪ੍ਰੇਮਾ ਭਗਤੀ ਵੱਲ ਲਾਇਆ ਅੱਜ ਕੱਲ ਮਨਹੱਠ ਫੋਕੇ ਤੇ ਮਕੈਨੀਕਲ ਸਿਮਰਨ ਦਾ ਬੋਲਬਾਲਾ ਤੇ ਵਰਤ ਵਰਤਾਰਾ ਪ੍ਰਚਲਿਤ ਹੈ ਦੇਸ਼ ਅਤੇ ਪ੍ਰਦੇਸ਼ਾਂ ਵਿੱਚ ਰੂਹਾਨੀ ਸੰਸਥਾਵਾਂ ਸਪਿਰਚੁਅਲ ਇੰਸਟੀਟਿਊਸ਼ਨਸ ਬਣੀਆਂ ਹੋਈਆਂ ਹਨ ਜਿਨ੍ਹਾਂ ਵਿੱਚ ਐਸੇ ਫੋਕੇ ਸਿਮਰਨ ਮਕੈਨੀਕਲ ਮੈਡੀਟੇਸ਼ਨ ਦੇ ਸਮੇਂ ਵੱਧ ਕੋਰਸ
ਟਾਈਮ ਬਾਉਂਡ ਕੋਰਸ ਵਿਖਦੇ ਹਨ ਤੇ ਉਹ ਵੀ ਬਹੁਤ ਮਹਿੰਗੇ। ਅਜਿਹੀਆਂ ਸੰਸਥਾਵਾਂ ਵਿੱਚ ਭਾਵਨਾਹੀਣ ਦਿਮਾਗੀ ਤੇ ਫੋਕਾ ਸਿਮਣ ਜਾਂ ਮੰਤਰ ਦਾ ਰਟਨ ਜਗਿਆਸੂਆਂ ਨੂੰ ਮਾਨਸਿਕ ਸੁਣ ਜਾਂ ਸ਼ੁਣ ਅਵਸਥਾ ਥੌਟਲੈਸ ਸਟੇਟ ਆਫ ਮਾਈਂਡ ਤੱਕ ਤਾਂ ਪਹੁੰਚਾ ਸਕਦਾ ਹੈ, ਪਰ ਉਹਨਾਂ ਦੇ ਜੀਵਨ ਨੂੰ ਆਤਮਿਕ ਭਾਵ ਅਨੁਭਵ ਦੀਆਂ ਉਚਾਈਆਂ ਤੱਕ ਨਹੀਂ ਪਹੁੰਚਾ ਸਕਦਾ। ਜੋਗੀਆਂ ਦੀ ਅਜਿਹੀ ਰਸਹੀਣ ਤੇ ਅਫੁਰ ਸੁਣ ਅਵਸਥਾ ਕੇਵਲ ਸਰੀਰਕ ਸਮਾਧੀ ਦੌਰਾਨ ਹੀ ਕਾਇਮ ਰਹਿੰਦੀ ਹੈ। ਜਾਗਰਤ ਅਵਸਥਾ ਵਿੱਚ ਇਸ ਸ਼ੂਨ ਦਾ ਕੋਈ ਅਰਥ ਜਾਂ ਲਾਭ ਨਹੀਂ। ਐਸੇ ਜਗਿਆਸੂਆਂ ਦੀ ਸੁਰਤ ਕੁੱਕੜ ਉਡਾਰੀ ਦੀ ਨਿਆਈ ਪਰਮਾਰਥਕ ਪੁਲਾੜ ਜਾਂ ਖਲਾਤਕ ਹੀ ਸੀਮਤ ਹੁੰਦੀ ਹੈ। ਇਸ ਤੋਂ ਅੱਗੇ ਉਹ ਆਤਮਿਕ ਮੰਡਲ ਦੇ ਪ੍ਰੇਮ ਰਸ ਦਾ ਸਵਾਦ ਨਹੀਂ ਚੱਕ ਸਕਦੇ। ਇਹ ਸੁਣ ਸਮਾਧ ਜਗਿਆਸੂ ਦੇ ਆਤਮਿਕ ਪੰਧ ਵਿੱਚ ਸੂਖਮ ਤੇ ਸਬਲ ਰੁਕਾਵਟ ਹੈ, ਜਿਸ ਵਿੱਚੋਂ ਜੋਗੀ ਆਪਣੇ ਆਪ ਨੂੰ ਨਹੀਂ ਨਿਕਾਲ ਸਕਦਾ। ਹੇਠ ਲਿਖੇ ਉਦਾਹਰਣ ਰਾਹੀਂ ਇਸ ਨੁਕਤੇ ਨੂੰ ਭਲੀ ਭਾਂਤ ਸਮਝਿਆ ਜਾ ਸਕਦਾ ਹੈ। ਸਾਇੰਸਦਾਨ ਧਰਤੀ ਤੋਂ ਉੱਪਰ ਚੰਦਰਮਾ ਵੱਲ ਸਪੁਟਨਿਕ ਭੇਜਦੇ ਹਨ, ਜਿਸ ਦੇ ਤਿੰਨ ਪੜਾਅ ਹੁੰਦੇ ਹਨ। ਪਹਿਲਾ ਪੜਾਅ ਧਰਤੀ ਤੋਂ ਉੱਪਰ ਪੁਲਾੜ ਵਿੱਚ ਖਿੱਚ ਲਿਜਾਣ ਲਈ ਰਾਕੇਟ ਦੀ ਸਹਾਇਤਾ ਲਈ ਜਾਂਦੀ ਹੈ, ਜੋ ਉਸ ਨੂੰ ਧਰਤੀ ਦੀ ਖਿੱਚ ਗ੍ਰੈਵਿਟੀ ਤੋਂ ਉੱਪਰ ਲੈ ਜਾਂਦੀ ਹੈ। ਇੱਥੇ ਆ ਕੇ ਉਹ ਸਪੁਟਨਿਕ ਸਪੇਸ ਵਿੱਚ ਹੀ ਚੱਕਰ ਲਾਈ ਜਾਂਦਾ ਹੈ, ਜਦ ਤੱਕ ਕਿ ਉਸ ਤੋਂ ਵੀ ਸ਼ਕਤੀਸ਼ਾਲੀ ਰਾਕੇਟ ਉਸ ਨੂੰ ਚੰਦਰਮਾ ਦੀ ਗ੍ਰੈਵਿਟੀ ਦੇ ਦਾਇਰੇ ਅੰਦਰ ਨਹੀਂ ਪਹੁੰਚਾ ਦਿੰਦਾ। ਚੰਦਰਮਾ ਦੀ ਖਿੱਚ ਦੇ ਦਾਇਰੇ ਅੰਦਰ ਆਉਣ ਤੇ ਉਸ ਨੂੰ ਕਿਸੇ ਰਾਕੇਟ ਦੀ ਲੋੜ ਨਹੀਂ ਰਹਿੰਦੀ ਤੇ ਉਹ ਆਪ ਮੁਹਾਰੇ ਚੰਦਰਮਾ ਦੀ ਖਿੱਚ ਨਾਲ ਖਿੱਚਿਆ ਜਾਂਦਾ। ਇਸੇ ਤਰ੍ਹਾਂ ਮਨੁੱਖ ਦੀਆਂ ਸਰੀਰਕ ਮਾਨਸਿਕ ਤੇ ਆਤਮਿਕ ਅਵਸਥਾਵਾਂ ਹਨ। ਜਦ ਜੀਵ ਸਰੀਰਕ ਤੇ ਮਾਨਸਿਕ ਖੇਲ ਅਖਾੜੇ ਤੋਂ ਅਸੰਤੁਸ਼ਟ ਹੋ ਕੇ ਸਿਮਰਨ ਦੁਆਰਾ ਬਿਰਤੀ ਇਕਾਗਰ ਕਰਦਾ ਹੈ ਤਾਂ ਉਹ ਸੁਣ ਸਮਾਧ ਦੇ ਸੁੰਝੇ ਸਪੇਸ ਵਿੱਚ ਜਾ ਵੜਦਾ ਹੈ। ਅਕਾਲ ਪੁਰਖ ਦੇ ਅਨੁਭਵੀ ਮੰਡਲ ਤਾਈਂ ਪਹੁੰਚਣ ਲਈ ਇਸ ਸੁਣ ਜਾਂ ਸ਼ੂਨ ਹਾਲਤ ਤੋਂ ਵਿੱਚੋਂ ਲੰਘਣਾ ਪੈਂਦਾ ਹੈ। ਹਾਂਜੀ, ਇਸੇ ਤਰ੍ਹਾਂ ਮਨੁੱਖ ਦੀਆਂ ਸਰੀਰਕ ਮਾਨਸਿਕ ਤੇ ਆਤਮਿਕ ਅਵਸਥਾਵਾਂ ਹਨ। ਜਦ ਜੀਵ ਸਰੀਰਕ ਤੇ ਮਾਨਸਿਕ ਖੇਲ ਅਖਾੜੇ ਤੋਂ ਅਸੰਤੁਸ਼ਟ ਹੋ ਕੇ ਸਿਮਰਨ ਦੁਆਰਾ ਬਿਰਤੀ ਇਕਾਗਰ ਕਰਦਾ ਹੈ ਤਾਂ ਉਹ ਸੁਣ ਸਮਾਧ ਦੇ ਸੁੰਝੇ ਖਲਾਅ ਵਿੱਚ ਆ ਵੜਦਾ ਹੈ। ਅਕਾਲ ਪੁਰਖ ਦੇ ਅਨੁਭਵੀ ਮੰਡਲ ਤਾਈਂ ਪਹੁੰਚਣ ਲਈ ਇਸ ਸੁਣ ਜਾਂ ਸ਼ੂਨ ਹਾਲਤ ਵਿੱਚੋਂ ਲੰਘਣਾ ਪੈਂਦਾ ਹੈ। ਜਦ ਜਗਿਆਸੂ ਦੀ ਸੁਰਤ ਮਾਨਸਿਕ ਸੁਣ ਸਮਾਧ ਵਿੱਚ ਅਸਥਿਤ ਹੋ ਜਾਂਦੀ ਹੈ ਤਾਂ ਉਸ ਨੂੰ ਕੋਈ ਸ਼ਾਂਤੀ, ਠੰਡ, ਸੁੱਖ ਤੇ ਇਕਾਂਤ ਪ੍ਰਤੀਤ ਹੁੰਦਾ ਹੈ, ਜਿਸ ਵਿੱਚੋਂ ਨਿਕਲਣ ਨੂੰ ਦਿਲ ਨਹੀਂ ਕਰਦਾ। ਇਸੇ ਤੋਂ ਸੰਤੁਸ਼ਟ ਹੋ ਕੇ ਜਾਂ ਇਸੇ ਰੁੱਖੀ ਸੁੱਖੀ ਸੁਣ ਸਮਾਧ ਨੂੰ ਹੀ ਆਤਮਿਕ ਜੀਵਨ ਦੀ ਮੰਜ਼ਿਲ ਸਮਝ ਕੇ ਜਗਿਆਸੂ ਇਸ ਤੋਂ ਉਚੇਰੀ ਅਵਸਥਾ ਜਿਵੇਂ ਕਿ ਪ੍ਰੇਮਾ ਭਗਤੀ, ਸਹਿਜ ਸਮਾਧ, ਸਹਿਜ ਆਨੰਦ ਨਾਮ ਸ਼ਬਦ ਤੋਂ ਨੂੰ ਭੁੱਲ ਜਾਂਦਾ ਹੈ। ਹਾਂਜੀ, ਇਸ ਅਵਸਥਾ ਵਿੱਚ ਇਸ ਸ਼ਾਂਤੀ, ਠੰਡ, ਸੁੱਖ, ਇਕਾਂਤ ਦੀ ਪ੍ਰਤੀਤ ਹੁੰਦੀ ਹੈ, ਜਿਸ ਵਿੱਚੋਂ ਨਿਕਲਣ ਨੂੰ ਦਿਲ ਨਹੀਂ ਕਰਦਾ। ਇਸੇ ਤੋਂ ਸੰਤੁਸ਼ਟ ਹੋ ਕੇ ਜਾਂ ਇਸੇ ਰੁੱਖੀ ਸੁੱਖੀ ਸੁਣ ਸਮਾਧ ਨੂੰ ਹੀ ਮਾਨਸਿਕ ਜੀਵਨ ਦੀ ਮੰਜ਼ਿਲ ਸਮਝ ਕੇ ਜਗਿਆਸੂ ਤੋਂ ਉਚੇਰੀ ਅਵਸਥਾ ਜਿਵੇਂ ਕਿ ਪ੍ਰੇਮਾ ਭਗਤੀ, ਸਹਿਜ ਸਮਾਧ, ਸਹਿਜ ਆਨੰਦ ਨਾਮ ਅਤੇ ਸ਼ਬਦ ਨੂੰ ਭੁੱਲ ਜਾਂਦੇ ਹਨ। ਇਸ ਸੂਖਮ ਪਰਮਾਰਥਕ ਪਰਮ ਭੁਲੇਖੇ ਦੀ ਸੁਣ ਜਾਂ ਖਲਾਅ ਵਿੱਚੋਂ ਕੇਵਲ ਗੁਰੂ ਕਿਰਪਾ ਦੁਆਰਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਨਾਲ ਹੀ ਨਿਕਲਿਆ ਜਾ ਸਕਦਾ ਹੈ। ਹਾਂਜੀ, ਇਸ ਸੂਖਮ ਪਰਮਾਰਥਕ ਪਰਮ ਭੁਲੇਖੇ ਦੀ ਸੁਣ ਜਾਂ ਖਲਾਅ ਵਿੱਚੋਂ ਕੇਵਲ ਗੁਰੂ ਕਿਰਪਾ ਦੁਆਰਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਨਾਲ ਹੀ ਨਿਕਲਿਆ ਜਾ ਸਕਦਾ ਹੈ। ਇਸ ਗੁੱਜੇ ਭੇਦ ਨੂੰ ਗੁਰਬਾਣੀ ਇਉਂ ਦਰਸਾਉਂਦੀ ਹੈ, ਸਤਿਗੁਰ ਭੇਟੈ ਤਾਂ ਸਹਿਸਾ ਤੂਟੈ, ਤਾਵਤ ਵਰਜ ਰਹਾਈਐ, ਨਿਜਰ ਚਲੈ ਸਹਿਜ ਧੁਨ ਲਾਗੈ, ਘਰ ਹੀ ਪਰਚਾ ਪਾਈਐ, ਖੱਟ ਕਰਮ ਕਿਰਿਆ ਕਰ ਬਹੁ ਬਹੁ ਵਿਸਥਾਰ, ਸਿੱਧ ਸਾਧਕ ਜੋਗੀਆਂ
कर कर जट जटा जट जाट कर पेख न पाई है हर ब्रह्म जोग हर पाई है सत संगति उपदेश गुरु गुर संत जना खोल खोल कपाट जोग न भगत जोग न पगवी कपड़ी जोग न महले वेस नानक कर बैठिया जोग पाई है सतगुर के उपदेश हाँ जी जोग न पगवी कपड़े जोग न महले वेस नानक कर बैठिया जोग पाई है सतगुर के उपदेश वाहिगुरु जी का खालसा वाहिगुरु जी की फतेह गुरु प्यारी सतसंग जी ये गुरबाणी विचार निरोल गुरबाणी के आधारित हैं ਜਿਨ੍ਹਾਂ ਭੈਣਾਂ ਭੈਣਾਂ ਵੀਰਾਂ ਨੂੰ ਲੋੜ ਹੋਵੇ ਉਹ ਸੇਵਾਦਾਰਾਂ ਪਾਸੋਂ ਲੈ ਸਕਦੇ ਹਨ ਜੀ ਉਹੀਆਂ ਭੁਲਾ ਚੰਗਾ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ